ਐਤਕੀ ਦਾਸ ਨੂੰ ਥੋੜ੍ਹੀ ਵੋਟ ਪਾਉਣ ਆਇਆ, ਮੈਂ ਇਹਨਾਂ ਨੂੰ ਵੋਟ ਪਾਉਂਦਾ, ਮੈਂ ਇਹਨਾਂ ਦੀ ਸੇਵਾ ਕਰਦਾ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਕਿ ਭਾਈ ਆਪਦੀ ਘਰਵਾਲੀ ਦਾ ਸਤਿਕਾਰ ਕਰਿਆ ਕਰੋ, ਉਹਦੀ ਸੇਵਾ ਕਰਿਆ ਕਰੋ, ਇੱਕ ਚੁੱਪ ਅਤੇ ਸੌ ਸੁੱਖ ਘਰ 'ਚ ਪ੍ਰੈਕਟਿਸ ਕਰਿਆ ਕਰੋ ਅਤੇ ਸ਼ਾਂਤੀ ਬਣੀ ਰਹੂਗੀ। ਮਗਰ ਅੱਜ ਮੈਂ ਅਤੇ ਬੀਬਾ ਜੀ ਪੰਜਾਬ ਦੇ ਵਾਸਤੇ, ਪੰਜਾਬ ਦੀ ਬੁਲੰਦ ਆਵਾਜ਼ ਵਾਸਤੇ ਅਸੀਂ ਵੋਟ ਪਾ ਕੇ ਆਏ ਹਾਂ। ਔਰ ਮੈਂ ਸਭ ਨੂੰ ਬੇਨਤੀ ਕਰਦਾ ਕਿ ਭਾਈ ਵੋਟ ਪਾਉਣ ਵੇਲੇ ਤੀਂ ਦੀ ਆਵਾਜ਼ ਅਤੇ ਵੀ ਵੀ ਪੈਟ 'ਚ ਜ਼ਰੂਰ ਵੇਖੋ ਕਿ ਚੋਣ ਨਿਸ਼ਾਨ ਜਿਹੜੇ ਨੂੰ ਤੁਸੀਂ ਵੋਟ ਪਾਈ ਹੈ ਉਹ ਸਾਹਮਣੇ ਆ ਰਿਹਾ ਕਿ ਨਹੀਂ ਆ ਰਿਹਾ। ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਇੱਥੋਂ ਜਦ ਬਟਨ ਰਿਲੀਜ਼ ਕਰਦੇ ਆ, ਜੇ ਰਿਲੀਜ਼ ਨਹੀਂ ਹੋਇਆ ਤੁਸੀਂ ਭਾਵੇਂ ਨੱਪੀ ਜਾਓ, ਮਗਰ ਜੇ ਵੀ ਵੀ ਪੈਟ 'ਚ ਕੁਛ ਸ਼ੋਅ ਨਹੀਂ ਹੋ ਰਿਹਾ ਜਾਂ ਟੀ ਦੀ ਆਵਾਜ਼ ਨਹੀਂ ਆਈ, ਮਤਲਬ ਕਿ ਵੋਟ ਨਹੀਂ ਪਈ ਹੈ। ਔਰ ਮਤਦਾਨ ਲੋਕਾਂ ਦਾ ਅਧਿਕਾਰ ਹੈ, ਪਲੀਜ਼ ਸੋਚ ਸਮਝ ਕੇ ਜ਼ਿੰਮੇਵਾਰ ਤਰੀਕੇ ਨਾਲ ਵੋਟ ਪਵੇ, ਦੇਖ ਕੇ ਪਵੇ, ਸੋ ਦੈਟ ਜਿਹਨੂੰ ਵੀ ਤੁਸੀਂ ਵੋਟ ਪਾਉਣਾ ਚਾਹੁੰਦੇ ਹੋ ਉਹ ਵੋਟ ਜ਼ਰੂਰ ਭੁਗਤੇ। ਦੇਸ਼ 'ਚੋਂ ਇਹ ਖਬਰਾਂ ਆਈਆਂ ਨੇ, ਇਹ ਅਖਿਲੇਸ਼ ਯਾਦਵ ਸਾਹਿਬ ਨੇ, ਹੋਰ ਲੀਡਰ ਸਾਹਿਬਾਨਾਂ ਨੇ ਇਸ ਗੱਲ ਨੂੰ ਟਵੀਟ ਕਰਕੇ ਸ਼ੇਅਰ ਵੀ ਕੀਤਾ। ਕਈ ਹੋਰ ਵੀ ਜਿਹੜੇ ਦੇਸ਼ ਦੇ ਨਾਗਰਿਕ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜਦੋਂ ਅਸੀਂ ਅੰਦਰ ਜਾਂਦੇ ਸਾਂ, ਜਦੋਂ ਕਿਉਂਕਿ ਪਹਿਲਾਂ ਉਹ ਮਸ਼ੀਨ ਨੂੰ ਰਿਲੀਜ਼ ਕਰਦੇ ਆ ਬਾਈ ਪ੍ਰੈਸਿੰਗ ਆ ਬਟਨ, ਜੇ ਉਹ ਨਹੀਂ ਕਰਦੇ ਤੁਸੀਂ ਅੰਦਰ ਜਾ ਕੇ ਭਾਵੇਂ ਨੱਪੀ ਜਾਓ, ਤੁਹਾਨੂੰ ਲੱਗਣਾ ਤੁਸੀਂ ਵੋਟ ਪਾਤੀ ਮਗਰ ਵੋਟ ਅਸਲ 'ਚ ਨਹੀਂ ਪਈ। ਇਸ ਲਈ ਬੜਾ ਜ਼ਰੂਰੀ ਹੈ ਕਿ ਉਹ ਮਸ਼ੀਨ ਪਹਿਲਾਂ ਰਿਲੀਜ਼ ਹੋਵੇ, ਜਦ ਤੁਸੀਂ ਵੋਟ ਪਾਉਣ ਜਾਓ ਮਸ਼ੀਨ ਅੱਗੇ ਤੁਸੀਂ ਵੇਖ ਕੇ ਬਟਨ ਨੱਪੋਗੇ, ਆਵਾਜ਼ ਵੀ ਆਊਗੀ ਅਤੇ ਵੀ ਵੀ ਪੈਟ 'ਚ ਸ਼ੋਅ ਵੀ ਹੋਊਗਾ। ਮੋਦੀ ਹੈ ਤੇ ਮੁਮਕਿਨ ਹੈ ਕੁਛ ਹੋ ਸਕਦਾ ਭਰਾ, ਸਾਨੂੰ ਤਾਂ ਅੱਜ ਕੱਲ੍ਹ ਇਲੈਕਸ਼ਨ ਕਮਿਸ਼ਨ ਦੀ ਜਿਸ ਤਰੀਕੇ ਨਾਲ ਤੈਨਾਤੀ ਹੋਈ ਹੈ ਸਭ ਇਸ 'ਤੇ ਬੜਾ ਚਿੰਤਿਤ ਨੇ, ਜੋ ਇੱਕਦਮ ਹੀ ਅਸਤੀਫੇ ਅਤੇ ਇੱਕਦਮ ਹੀ ਨਵੇਂ ਔਰ ਚੀਫ ਜਸਟਿਸ ਸਾਹਿਬ ਜਿਹਦੇ ਇੱਕ ਹਿੱਸਾ ਸਨ, ਲੀਡਰ ਆਫ ਆਪੋਜੀਸ਼ਨ ਇੱਕ ਹਿੱਸਾ ਸਨ, ਉਹ ਫਰੀ ਐਂਡ ਫੇਅਰ ਸਿਸਟਮ ਨੂੰ ਤੈਸ਼ ਨੈਸ਼ ਕੀਤਾ ਜਾ ਰਿਹਾ, ਜਿਹੜੇ ਜਿੰਨੇ ਵੀ ਕੌਂਸਟੀਟਿਊਸ਼ਨਲ ਬਾਡੀਜ਼ ਨੇ ਜਿਨ੍ਹਾਂ ਨੇ ਲੋਕਤੰਤਰ ਨੂੰ ਬਚਾਉਣਾ ਉਸ 'ਤੇ ਕਿਸ ਤਰ੍ਹਾਂ ਹਮਲੇ ਹੋ ਰਹੇ ਆ ਉਹਦੇ ਬਾਰੇ ਸਾਰੀ ਚਿੰਤਿਤ ਹੈ ਭਾਈ। ਉਹਨਾਂ ਵਿਚਾਰਾਂ ਦਾ ਸੀਜ਼ਨ ਖਤਮ ਹੈ, ਉਹ ਯਾਰ ਤੁਸੀਂ ਕੀ ਸਮਝੇ ਲੋਕਾਂ ਦੀ ਜ਼ਮੀਰ ਵਿਖੀ ਆ, ਇਹ ਜਿਹੜੀ ਇਸ ਧਰਤੀ 'ਤੇ ਖਲੋਤੇ ਹੋ ਨਾ, ਇਹ ਸ਼ਹੀਦਾਂ ਦੀ ਧਰਤੀ ਆ, ਇਹ ਬਲੀਦਾਨ ਦੀ ਧਰਤੀ ਆ, ਇਹ ਸੂਰ ਵੀਰਾਂ ਦੀ ਧਰਤੀ ਆ, ਅਤੇ ਤੁਸੀਂ ਕੀ ਸਮਝਦੇ ਹੋ ਕਿ ਮੌਕਾ ਪ੍ਰਸਤਾਂ ਨੂੰ, ਦਲ ਬਦਲੂਆਂ ਨੂੰ, ਸਰਕਾਰਾਂ ਅੱਗੇ ਲਿਫ ਜਾਣ ਵਾਲਿਆਂ ਨੂੰ, ਘੁੱਟਣੇ ਟੇਕਣ ਵਾਲਿਆਂ ਨੂੰ ਇਹ ਧਰਤੀ ਆ, ਇਸ ਧਰਤੀ 'ਤੇ ਰਹਿੰਦੇ ਲੋਕ ਮਾਫ ਕਰਨਗੇ। ਬੜੇ ਬੜੇ ਵੱਡੇ ਲੀਡਰ ਪਾਰਟੀਆਂ ਛੱਡ ਕੇ ਇੱਧਰ ਤੋਂ ਉੱਧਰ ਹੋਏ ਆ, ਮਗਰ ਲੋਕ ਆਪਦੀ ਗੱਲ 'ਤੇ ਖਲੋਤੇ ਰਹੇ ਆ। ਇਸ ਲਈ ਇਹ ਐਵੇਂ ਮਨ ਦੇ ਭੁਲੇਖੇ ਹੁੰਦੇ ਆ, ਲੋਕਾਂ ਨੂੰ ਪੈ ਜਾਂਦੇ। ਸ਼ਰਾਬ ਇੱਕ ਫੜੀ ਗਈ ਹੈ ਕਾਫੀ ਵੱਡੇ ਪੱਧਰ ਦੇ ਉੱਤੇ, ਤੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਦੱਸੇ ਜਾ ਰਹੇ ਨੇ, ਤੇ ਉਹਨਾਂ ਦੇ ਦੇਖਿਆ ਕਿ ਕਾਫੀ ਸੰਬੰਧ ਨੇ ਕਈ ਲੀਡਰਾਂ ਦੇ ਨਾਲ, ਆਮ ਆਦਮੀ ਪਾਰਟੀ ਦੇ ਕਈ ਮੰਤਰੀ ਨੇ ਉਹਨਾਂ ਦੇ ਨਾਲ, ਉਹਨਾਂ ਦੀਆਂ ਫੋਟੋਆਂ ਨੇ। ਹਾਂਜੀ, ਕੀ ਕਹਿਣਾ ਚਾਹੁੰਦੇ ਅੱਜ ਮਾਈਨਿੰਗ ਮਾਫੀਆ ਵੱਡੇ ਪੱਧਰ ਤੇ, ਔਰ ਇੱਕ ਫੋਟੋ ਨਹੀਂ ਹਜ਼ਾਰਾਂ ਫੋਟੋ ਆ ਗਈਆਂ ਨੇ ਹਰਜੋਤ ਬੈਂਸ ਦੀ, ਤੇ ਉਹ ਜਿਹੜੇ ਉਹਨਾਂ ਦੇ ਅਨੰਦਪੁਰ ਸਾਹਿਬ ਤੋਂ ਕੈਂਡੀਡੇਟ ਨੇ ਕੰਗ ਸਾਹਿਬ ਦੇ ਨਾਲ, ਹਜ਼ਾਰਾਂ ਫੋਟੋ ਜਿਹੜੇ ਮਾਈਨਿੰਗ ਲਈ ਬੁਕਡ ਨੇ ਉਹ ਇਹਨਾਂ ਦੇ ਪ੍ਰੋਗਰਾਮ ਕਰਾ ਰਹੇ ਆ।
ਮਾਈਨਿੰਗ ਮਾਫੀਆ ਤੇ ਸ਼ਰਾਬ ਮਾਫੀਆ ਅੱਜ ਵੱਡੇ ਪੱਧਰ ਤੇ ਸਰਕਾਰ ਨਾਲ ਖਲੋਤਾ, ਔਰ ਸ਼ਰਾਬ ਮਾਫੀਆ ਦੀ ਤਾਂ ਮਜਬੂਰੀ ਆ, ਉਹਨਾਂ ਦੀ ਤਾਂ ਸਾਰੀ ਸੇਲ ਹੀ ਭਗਵੰਤ ਮਾਨ ਕਰਕੇ ਟਿਕੀ ਆ। ਜੇ ਉਹ ਖਾਣੀ ਪੀਣੀ ਹਟ ਜਾਵੇ ਤੇ ਸਵੇਰ ਡਿੱਗ ਜਾਵੇ। ਇਸ ਲਈ ਤੁਸੀਂ ਇਹ ਸਵਾਲ ਤੁਸੀਂ ਕਰ ਤਾਂ ਰਹੇ ਹੋ, ਮਗਰ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਕੇਜਰੀਵਾਲ ਸਾਹਿਬ ਕਿਹੜੀ ਗੱਲੋਂ ਅੰਦਰ ਗਏ ਆ ਸ਼ਰਾਬ ਘੁਟਾਲੇ ਲਈ, ਔਰ ਕਰੋੜਾਂ ਰੁਪਏ ਦਾ ਘਪਲਾ ਹੋ ਰਿਹਾ। ਆਮ ਆਦਮੀ ਪਾਰਟੀ 40 ਸ਼ਰਾਬ ਘੁਟਾਲੇ ਅਤੇ ਰੇਟ ਘੁਟਾਲੇ 'ਤੇ ਰਹੀ ਆ। ਅਫਸੋਸ ਦੀ ਗੱਲ ਇਹ ਹੈ ਕਿ ਇਹ ਕਿੱਥੇ ਮੋਦੀ ਸਾਹਿਬ ਨੂੰ ਭਾਜਪਾ ਦੀ ਲੀਡਰਸ਼ਿਪ ਨੂੰ ਖੁਸ਼ ਰੱਖਦੇ, ਇਸ ਲਈ ਇੱਥੇ ਕਾਰਵਾਈ ਨਹੀਂ ਹੋ ਰਹੀ। ਦਿੱਲੀ ਤੱਕ ਕਾਰਵਾਈ ਸੀਮਿਤ ਹੈ, ਉਹੀ ਬੰਦੇ ਜਿਨ੍ਹਾਂ ਨੇ ਦਿੱਲੀ ਦੀ ਪੋਲਿਸੀ ਬਣਾਈ ਹੈ ਉਹਨਾਂ ਨੇ ਪੰਜਾਬ ਦੀ ਬਣਾਈ ਹੈ, ਮਗਰ ਪੰਜਾਬ 'ਚ ਕਾਰਵਾਈ ਕੋਈ ਨਹੀਂ। ਸੋ ਰਲ ਕੇ ਖੇਡਣ ਵਾਲਿਆਂ ਨਾਲ, ਭਾਜਪਾ ਦੀ ਟਾਊਟੀ ਕਰਨ ਵਾਲਿਆਂ ਨਾਲ ਭਗਵੰਤ ਮਾਨ ਵਰਗੇ ਵੀ ਐਕਸਪੋਜ਼ ਹੋ ਰਹੇ। ਜਿਹੜੀ ਗੱਲ ਕੀਤੀ ਸੀਗੀ ਜਿੱਦਾਂ ਬਠਿੰਡਾ ਤੋਂ ਕੈਂਡੀਡੇਟ ਆ ਜਾਂ ਹੁਸ਼ਿਆਰਪੁਰ ਤੋਂ ਕੈਂਡੀਡੇਟ ਜਿਹੜੇ ਆਏ ਨੇ, ਤੁਸੀਂ ਉਸ ਦਿਨ ਵੀ ਕਿਹਾ ਫਰੈਂਡਲੀ ਮੈਚ ਆ, ਤਾਂ ਇਸ ਦੇ ਵਿੱਚ ਕੀ ਲੱਗਦਾ ਕੀ ਨਤੀਜੇ ਜਿਹੜੇ ਰਹਿਣਗੇ? ਨਹੀਂ ਮੈਂ ਨਹੀਂ ਇਕੱਲਾ ਕਹਿ ਰਿਹਾ ਜੀ, ਉੱਥੋਂ ਮੈਂ ਤਾਂ ਉਹ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ, ਉਹ ਬੀਬੀ ਜੀ ਨੇ ਸਾਡੇ MLA ਸਾਹਿਬ ਸੁਰਿੰਦਰ ਕੌਰ ਸ਼ੀਨਾ ਜੀ ਲੁਧਿਆਣੇ ਤੋਂ, ਉਹ ਆਪ ਕਹਿ ਰਹੇ ਭਗਵੰਤ ਮਾਨ ਦਾ ਫਿਕਸਡ ਮੈਚ ਹੈ ਬਿੱਟੂ ਨਾਲ, ਕਹਿ ਰਿਹਾ ਜਿੱਡਾ ਮਾੜਾ ਕੈਂਡੀਡੇਟ ਪੱਪੀ ਦਿੱਤਾ ਉਹਨਾਂ ਦੇ ਲਫ਼ਜ਼ ਨੇ। ਔਰ ਇੱਕ ਨਹੀਂ, ਤੁਸੀਂ ਕਿਸੇ ਕਾਂਗਰਸੀ ਨੂੰ ਪੁੱਛ ਲਓ, ਕਿਸੇ ਨੂੰ ਪੁੱਛ ਲਓ, ਸਾਰੇ ਕਹਿ ਰਹੇ ਰਲ ਕੇ ਖੇਡਣ ਡੇ। ਔਰ ਇੱਕੋ ਇੱਕ ਨਿਸ਼ਾਨਾ ਬਠਿੰਡੇ ਕੀ ਹੋ ਰਿਹਾ, ਤਿੰਨੇ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ ਭਾਜਪਾ ਦੇ ਇਸ਼ਾਰੇ 'ਤੇ ਕਿ ਬੀਬਾ ਹਰਸਿਮਰਤ ਕੌਰ ਬਾਦਲ ਨਹੀਂ ਪਹੁੰਚਣੀ ਚਾਹੀਦੀ ਪਾਰਲੀਮੈਂਟ, ਕਿਉਂਕਿ ਉਹ ਸਭ ਤੋਂ ਵੱਧ ਸਵਾਲ ਉਠਾਉਂਦੀ ਹੈ ਕੇਂਦਰ ਦੀ ਸਰਕਾਰ। ਗੁਰੂ ਦੀ ਕਿਰਪਾ ਹੋ ਜੀ, ਲੱਖ ਤੋਂ ਤਾਂ ਦੀ ਵੋਟਾਂ ਨਾਲ ਜਿੱਤਾਂਗੇ, ਉਹ ਵੀ ਜਿੱਤਾਂਗੇ ਤੇ ਇੱਥੇ ਅਨਿਲ ਜੋਸ਼ੀ ਵੀ ਜਿੱਤੂ। ਭਗਵੰਤ ਦਾ ਗਿਆ ਤੇ ਮੋਦੀ ਨੂੰ ਸਾਹਿਬ ਨੂੰ ਫੌੜੀਆਂ ਦੀ ਲੋੜ ਪੈ ਜਾਣੀ, ਇਕੱਲੀ ਸਰਕਾਰ ਦੀ ਬਣਦੀ। ਜਿਹੜੇ ਕਹਿੰਦੇ ਨੇ 400 ਪਾਰ, ਉਹ ਵਾਕੇ ਬਾਰਡਰ ਪਾਰ ਹੋਣ ਨੂੰ ਖੜੇ ਆ, ਤੇ 13 ਪਾਰ ਵਾਲੇ ਤਾਂ ਸਮਝੋ ਜਮਾਂ ਹੀ ਕੰਮ ਮੁੱਕ ਗਿਆ ਨਾ। ਜਿਹੜੀ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਭਗਵੰਤ ਮਾਨ, ਆ ਜਿਹੜਾ ਆਪਣੇ ਵਾਲਾ ਟਮਾਟਰ ਇਹ ਤਾਂ ਨਹੀਂ ਪਹੁੰਚਦਾ। ਮੀਠੇ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਸਾਹਿਬ ਨੂੰ ਤੁਸੀਂ ਬੈਸਟ ਵਿਸ਼ੇਸ। ਹਾਂਜੀ, ਮੇਰਾ ਤਾਂ ਦੇਖੋ ਜੀ, ਮੈਂ ਦੇਖੋ ਸਾਡਾ ਕੋਈ ਵਿਚਾਰਧਾਰਕ ਮਤਭੇਦ ਹੈ, ਮੈਂ ਕੋਈ ਉਹਨਾਂ ਨਾਲ ਪਰਸਨਲ ਤਾਂ ਮੇਰੀ ਕਿਸੇ ਨਾਲ ਨਹੀਂ ਲੜਾਈ, ਮੇਰੀ ਤਾਂ ਬੈਸਟ ਆਫ ਲੱਕ ਮੇਰਾ ਪਿਆਰ, ਦੇਖੋ ਮੇਰਾ ਕੇਜਰੀਵਾਲ ਸਾਹਿਬ ਨਾਲ ਮੇਰਾ ਸਤਿਕਾਰ ਕਰਦੇ ਆ, ਮੇਰੇ ਤੋਂ ਮਾਫ਼ੀ ਮੰਗੀ ਜਦੋਂ ਉਹਨਾਂ ਨੇ ਗਲਤ ਟਿੱਪਣੀਆਂ ਕੀਤੀਆਂ, ਮੇਰਾ ਉਹਨਾਂ ਨਾਲ ਵੀ ਪਿਆਰ ਆ। ਹਾਂ, ਮੈਂ ਸ਼ਰਾਬੀ ਦੇ ਮੂੰਹ ਨਹੀਂ ਲੱਗਦਾ, ਮੈਂ ਉਹਨੂੰ ਬੰਦੇ 'ਚੋਂ ਬੰਦਾ ਹੀ ਨਹੀਂ ਗਿਣਦਾ, ਨਾ 3 'ਚ, ਨਾ 13 'ਚ, ਨਾ ਪਲੇਅਰਾਂ 'ਚ, ਨਾ ਸਪੇਅਰਾਂ 'ਚ, ਮੈਂ ਉਹੋ ਜਿਹੀ ਦੀ ਕੀ ਗੱਲ ਕਰਾਂ। ਪਰ ਮੇਰਾ ਬੈਸਟ ਆਫ ਲੱਕ ਉਹਨੂੰ ਵੀ ਆ, ਮੇਰੇ ਵਿਰੋਧੀਆਂ ਨੂੰ ਵੀ ਆ। ਸਾਹਿਬ ਦੀ ਮਜੀਠੀਆ ਸਾਹਿਬ ਕੋਈ ਟਿੱਪਣੀ ਕਰਨਾ ਚਾਹੋ?